ਸਤਿ ਸ਼੍ਰੀ ਅਕਾਲ, ਮੇਰਾ ਨਾਂ ਤਰਸੇਮ ਸਿੰਘ ਢੁੱਡੀਕੇ ਤੋਂ ਮੈਂ ਰਹਿਣ ਵਾਲਾ ਜੀ। ਮੈਂ ਹਰਨੀਆਂ ਦਾ ਮਰੀਜ਼ ਸੀ, ਤਕਰੀਬਨ 10 ਸਾਲ ਤੋਂ ਮੈਂ ਇਹ ਤੋਂ ਪੀੜਿਤ ਸੀਗਾ। ਮੈਂ ਆਪਰੇਟ ਕਰਨ ਵਾਲੇ ਕਦੇ ਵੀ ਵਿਚਾਰ ਨਹੀਂ ਕੀਤਾ ਸੀ ਵੀ ਮੈਨੂੰ ਵੀ ਮੈਂ ਆਪਰੇਸ਼ਨ ਕਰਵਾਵਾਂ, ਅਤੇ ਇਸ ਤਰ੍ਹਾਂ ਹੀ ਮੈਂ ਜਾਣੀ ਘੌਲ ਜੀ ਕਰਦਾ ਤੁਰਿਆ ਆ ਰਿਹਾ ਸੀ। ਅਤੇ ਫਿਰ ਮੈਨੂੰ ਜਦੋਂ ਦੀ ਤਕਲੀਫ ਹੋਈ, ਮੇਰੇ ਤਕਲੀਫ ਸਰੀਰ ਦੇ ਵਿੱਚ, ਮੈਨੂੰ ਖਾਣ ਪੀਣ ਦੇ ਵਿੱਚ ਵੀ ਪ੍ਰੋਬਲਮ ਆਉਣ ਲੱਗੀ, ਮੇਰੇ ਜੁਆਇੰਟ ਪੇਨ ਹੋਣ ਲੱਗੇ, ਮੇਰਾ ਪੇਟ ਕਸਿਆ ਕਸਿਆ ਰਹਿੰਦਾ ਸੀ, ਫਿਰ ਅਖੀਰ ਨੂੰ ਮੈਂ ਮਨ ਬਣਾਇਆ ਕਿ ਮੈਂ ਇਹਦਾ ਆਪਰੇਸ਼ਨ ਕਰਵਾ ਹੀ ਲਵਾਂ। ਜਦੋਂ ਮੈਨੂੰ ਇਹ ਮੈਂ ਕਈ ਡਾਕਟਰਾਂ ਦੇ ਨਾਲ ਸੁਜੈਸਟ ਕੀਤਾ, ਅਤੇ ਮੈਨੂੰ ਡਾਕਟਰ ਅਮਿਤ ਸੂਦ ਬਾਰੇ ਵੀ ਵਧੀਆ ਲੱਗਿਆ ਕਿ ਮੈਂ ਡਾਕਟਰ ਅਮਿਤ ਸੂਦ ਨੂੰ ਹੀ ਚੁਣਿਆ, ਕਿਉਂਕਿ ਮੈਂ ਉਹਨਾਂ ਨਾਲ ਆ ਕੇ ਜਦੋਂ ਮੈਂ ਸਲਾਹ ਕੀਤੀ ਤਾਂ ਮੈਂ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਡਾਕਟਰ ਸਾਹਿਬ ਵੀ ਤੁਸੀਂ ਇਹ ਆਪਰੇਸ਼ਨ ਕਿੱਦਾਂ ਦਾ ਕਰੋਗੇ, ਵੀ ਓਪਨ ਕਰੋ ਕਿ ਵੀ ਲੈਪਰੋਸਕੋਪਿਕ ਨਾਲ। ਜਦੋਂ ਉਹਨਾਂ ਨੇ ਮੈਨੂੰ ਓਪਨ ਦੇ ਨਾਲੋਂ ਲੈਪਰੋਸਕੋਪ ਦੀ ਸਲਾਹ ਬਾਰੇ ਦੱਸਿਆ ਵੀ ਮੈਂ ਉਹਦੇ ਨਾਲ ਸਹਿਮਤ ਹੋਇਆ, ਅਤੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਤੁਸੀਂ ਮੇਰਾ ਆਪਰੇਸ਼ਨ ਕਰ ਦਿਓ, ਵੀ ਮੈਂ ਤਿਆਰ ਹਾਂ। ਅਤੇ ਡਾਕਟਰ ਸਾਹਿਬ ਨੇ ਮੈਨੂੰ ਜੋ ਮੈਨੂੰ ਡਿਊ ਡੇਟ ਦਿੱਤੀ ਸੀ, ਮੈਂ ਉਹਦੇ ਮੁਤਾਬਕ ਉਹਨਾਂ ਦੇ ਨਾਲ ਮੈਂ ਸਲਾਹ ਕਰਕੇ ਅਤੇ ਆਪਣੇ ਟੈਸਟ ਕਰਵਾਏ। ਟੈਸਟ ਕਰਵਾਏ ਦੇ ਵਿੱਚ ਜਦੋਂ ਮੈਂ ਸਾਰੇ ਟੈਸਟ ਕਰਵਾਏ ਤਾਂ ਉਹਦੇ ਵਿੱਚੋਂ ਮੈਂ ਓਕੇ ਪਾਇਆ, ਜੋ ਮੇਰੇ ਹਾਰਟ ਦੇ ਸੀ, ਜੋ ਮੇਰੇ ਸੀ ਆਪਣੇ ਸਕੈਨਿੰਗ ਵਗੈਰਾ, ਸਾਰੇ ਟੈਸਟਾਂ ਦੇ ਵਿੱਚੋਂ ਮੈਂ ਓਕੇ ਹੋ ਗਿਆ। ਤਾਂ ਉਹਨਾਂ ਨੇ ਮੈਨੂੰ ਇੱਕ ਦਿਨ ਡਿਊ ਡੇਟ ਦਿੱਤੀ, ਜਿਸ ਦਿਨ ਮੈਂ ਆਪਰੇਸ਼ਨ ਕਰਵਾਉਣਾ ਸੀ ਮੈਂ ਉਸ ਦਿਨ ਆ ਕੇ ਆਪਰੇਸ਼ਨ ਨੂੰ ਤਿਆਰ ਹੋ ਕੇ ਮੈਂ ਇੱਥੇ ਆਇਆ। ਡਾਕਟਰ ਸਾਹਿਬ ਨੇ ਜਦੋਂ ਮੇਰਾ ਆਪਰੇਸ਼ਨ ਕੀਤਾ ਤਾਂ ਮੈਨੂੰ ਆਪਰੇਸ਼ਨ ਕਰਨ ਤੋਂ ਲਗਭਗ ਥੋੜ੍ਹੇ ਜਿਹੇ ਟਾਈਮ ਬਾਅਦ ਵੀ ਮੈਂ ਵਧੀਆ ਫੀਲ ਮਹਿਸੂਸ ਕੀਤਾ, ਅਤੇ ਅਗਲੇ ਦਿਨ ਮੈਨੂੰ ਉਹਨਾਂ ਨੇ ਤੁਰਨ ਫਿਰਨ ਦੇ ਲਾਇਕ ਬਣਾਇਆ, ਅਤੇ ਮੇਰਾ ਗੇੜਾ ਵੀ ਕਢਾਇਆ, ਸਰਕਲ ਲਵਾਇਆ, ਰਾਊਂਡ ਲਵਾਇਆ, ਤਾਂ ਮੈਂ ਵਧੀਆ ਮਹਿਸੂਸ ਕਰ ਰਿਹਾ ਸੀ, ਮੈਨੂੰ ਕੋਈ ਤਕਲੀਫ ਨਹੀਂ ਹੋ ਰਹੀ ਸੀ। ਅਤੇ ਬਾਕੀ ਸਟਾਫ ਬੜਾ ਕੋਆਪਰੇਟ ਕਰਦਾ ਜੀ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਜਿੰਨਾ ਵੀ ਸਟਾਫ ਆ ਬਹੁਤ ਮਤਲਬ ਕੋਆਪਰੇਟ ਕਰ ਰਿਹਾ। ਮੈਨੂੰ ਇੱਕ ਘਰ ਦੀ ਇੱਥੇ ਘਰ ਵਰਗੀ ਫੀਲਿੰਗ ਹੋ ਰਹੀ ਸੀ, ਮੈਂ ਜਿਸ ਤਰ੍ਹਾਂ ਵੀ ਆਪਣੇ ਘਰ ਦੇ ਵਿੱਚ ਬੈਠਾ ਹੈ, ਮੈਨੂੰ ਉਸ ਤਰ੍ਹਾਂ ਹੀ ਹੋਇਆ। ਅਤੇ ਅਗਲੇ ਦਿਨ ਤੀਜੇ ਦਿਨ ਮੈਨੂੰ ਉਹਨਾਂ ਨੇ ਡਾਕਟਰ ਸਾਹਿਬ ਨੇ ਛੁੱਟੀ ਦਿੱਤੀ। ਛੁੱਟੀ ਦੇਣ ਤੋਂ ਉਪਰੰਤ ਜੋ ਮੈਨੂੰ ਉਹਨਾਂ ਨੇ ਹਦਾਇਤਾਂ ਦਿੱਤੀਆਂ ਸਨ, ਮੈਂ ਉਹਦੇ ਮੁਤਾਬਕ ਉਹਨਾਂ ਦੀ ਪਾਲਣਾ ਕਰਦੇ ਹੋਏ ਮੈਂ ਬਹੁਤ ਵਧੀਆ ਫੀਲ ਕਰ ਰਿਹਾ। ਕਿ ਇਲਾਕੇ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ, ਇਹ ਇੱਥੇ ਕੋਈ ਕੋਵਿਡ ਦੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ, ਕੋਈ ਕੋਵਿਡ ਦੇ ਕੋਈ ਡਰਨ ਦੀ ਲੋੜ ਨਹੀਂ, ਕੋਈ ਇੱਥੇ ਸਾਰਾ ਬਿਲਕੁਲ ਇਹ ਸੈਨੇਟਾਈਜ਼ ਹੋਸਪਿਟਲ ਹੈ, ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ, ਸਾਰੇ ਮਰੀਜ਼ਾਂ ਨੂੰ ਆਉਣ ਸਾਰ ਸੈਨੇਟਾਈਜ਼ ਕੀਤਾ ਜਾਂਦਾ ਹੈ, ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਕੋਈ ਬਹੁਤ ਵਧੀਆ ਹੈ, ਇੱਥੋਂ ਦੀਆਂ ਸਹੂਲਤਾਂ ਡਾਕਟਰ ਸਾਹਿਬ ਦੇ ਰਹੇ ਹਨ। ਅਤੇ ਮੈਂ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਵੀ ਆਪਣਾ ਜੇ ਕੋਈ ਇਸ ਤਰ੍ਹਾਂ ਦਾ ਮੇਰੇ ਵਾਂਗੂ ਪੀੜਿਤ ਹੈ, ਉਹ ਆਪਣਾ ਇਲਾਜ ਇੱਥੇ ਆ ਕੇ ਕਰਵਾਉਣ। ਡਾਕਟਰ ਅਮਿਤ ਸੂਦ ਜੀ ਬਹੁਤ ਹੀ ਵਧੀਆ ਨੇਕ ਇਨਸਾਨ ਹਨ, ਕੋਲ ਆ ਕੇ ਵਧੀਆ ਕੋਆਪਰੇਟ ਕਰਦੇ ਹਨ, ਸਹਿਯੋਗ ਦਿੰਦੇ ਹਨ, ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।